ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬਾਬੇ, ਮੇਰੀ ਗੱਲ ਸੁਣ। ਹਾਂਜੀ, ਲਾਡੀ ਕਿੱਥੇ? ਲਾਡੀ ਮੈਨੂੰ ਕਿੱਥੇ ਪਤਾ ਹੋਊਗਾ ਭਾਜੀ, ਮੈਂ ਤਾਂ ਘਰੋਂ ਆਇਆ ਵਾਂ। ਨਾ ਉਹ ਮੇਰਾ ਫੋਨ ਚੱਕਦਾ ਪਿਆ, ਨਾ ਹੀ ਉਹ ਚਾਬੀਆਂ ਲੈਣ ਆਇਆ। ਦੁਕਾਨ ਮੈਨੂੰ ਇੱਥੇ ਆ ਕੇ ਖੋਲ੍ਹਣੀ ਪਈ ਆ। ਤੇਰੀ ਕੋਈ ਗੱਲ ਤਾਂ ਨਹੀਂ ਹੋਈ ਰਾਤ? ਨਹੀਂ ਵੀਰੇ, ਮੇਰੇ ਨਾਲ ਕੀ ਗੱਲ ਇੱਥੇ ਹੀ ਹੋਣੀ ਆ। ਮੇਰੇ ਕੋਲ ਕਿਹੜਾ ਉਹਦਾ ਨੰਬਰ ਆ ਜਿਹੜਾ ਮੈਨੂੰ ਫੋਨ 'ਤੇ ਗੱਲ ਕਰੂੰਗਾ ਉਹਦੇ ਨਾਲ। ਫਿਰ ਲਾਡੀ ਗਿਆ ਕਿੱਥੇ? ਚਲੇ ਗਿਆ ਹੋਣਾ ਭਾਜੀ, ਭੱਜ ਗਿਆ ਹੋਣਾ। ਯਾਰ ਤੂੰ ਨਾ ਆਪਣਾ ਦਿਮਾਗ ਵਾਧੂ ਲਾਇਆ ਕਰ, ਜਿੰਨੀ ਗੱਲ ਪੁੱਛੀ ਆ ਨਾ ਉਹਦਾ ਜਵਾਬ ਦਿਆ ਕਰ। ਮੈਂ ਤੈਨੂੰ ਇਹ ਪੁੱਛਣ ਨੂੰ ਬੁਲਾਇਆ ਕਿ ਉਹਦੇ ਨਾਲ ਕੋਈ ਗੱਲ ਤਾਂ ਨਹੀਂ ਹੋਈ ਤੇਰੀ, ਕੋਈ ਲੜਾਈ ਤਾਂ ਨਹੀਂ ਹੋਈ ਤੇਰੀ? ਉਹ ਨਹੀਂ ਭਾਜੀ, ਜਿੰਨੀ ਗੱਲ ਲੜਾਈ ਹੁੰਦੀ ਆ ਤਾਂ ਇੱਥੇ ਹੀ ਹੁੰਦੀ ਆ। ਕਿਤੇ ਕੁਛ ਗਲਤ ਨਾ ਹੋ ਗਿਆ ਹੋਵੇ ਉਹਦੇ ਨਾਲ? ਯਾਰ ਉਹਨੇ ਗਲਤ ਕੀਤਾ ਹੋਣਾ ਭਾਜੀ, ਉਹਦੇ ਨਾਲ ਗਲਤ ਕਿੱਥੋਂ ਹੋਣ ਲੱਗਾ? ਤੁਸੀਂ ਸੁਣਦੇ ਹੀ ਨਹੀਂ ਮੇਰੀ ਗੱਲ। ਤੇਰੇ ਨਾ 3 ਦਿਨ ਰਹਿ ਗਏ, ਚੱਜ ਨਾਲ ਕੰਮ ਕਰ ਲਾ, ਨਾਲੇ ਬਹੁਤ ਬਹਿ ਲਿਆ ਤੂੰ। ਅੱਜ ਤੈਨੂੰ ਕੰਮ ਕਰਨਾ ਪੈਣਾ, ਕੱਪੜਾ ਚੱਕ ਤੇ ਇੱਥੇ ਕੱਪੜਾ ਮਾਰਨਾ ਸ਼ੁਰੂ ਕਰ। ਫਾਲਤੂ ਦੀਆਂ ਗੱਲਾਂ ਨਾ ਕਰੀ ਮੇਰੇ ਨਾਲ। ਭਾਜੀ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਉਹ ਆਪਣੀ ਦੁਕਾਨ 'ਚ ਸਹੀ ਕੰਮ ਨਹੀਂ ਕਰ ਰਿਹਾ ਉਹ। ਕੋਈ ਗੱਲ ਨਹੀਂ, ਮੈਨੂੰ ਪਤਾ ਕੀ ਤੋਂ ਸਹੀ ਕੰਮ ਕਰਾਉਣਾ, ਕਿਵੇਂ ਕਰਾਉਣਾ। ਆਹ ਕੀ, ਇਹ ਸੈੱਟ ਬਾਹਰ ਕਿੱਦਾਂ ਆ ਗਿਆ ਵੀਰੇ? ਆਹ ਸੈੱਟ ਤਾਂ ਆਪਾਂ ਡੱਬੇ 'ਚ ਰੱਖੇ ਹੁੰਦੇ ਆ, ਇਹ ਬਾਹਰ ਡਿੱਗਿਆ ਹੋਇਆ ਸੀ। ਅਤੇ ਆਹੋ ਡੱਬੇ 'ਚ ਰੱਖੇ ਹੁੰਦੇ, ਬਾਹਰ ਕਿਵੇਂ ਆ ਗਿਆ? ਉਹੀ ਤਾਂ ਮੈਂ ਪੁੱਛ ਰਿਹਾ ਭਾਜੀ, ਤੁਸੀਂ ਇੱਥੇ ਖੜ੍ਹੇ ਸੀ ਨਾ। ਅੱਛਾ, ਮੈਂ ਸੁੱਟਿਆ ਸੈੱਟ ਥੱਲੇ? ਵੀਰੇ ਮੈਂ ਤੁਹਾਨੂੰ ਇਹ ਥੋੜ੍ਹੀ ਕਹਿ ਰਿਹਾ ਕਿ ਤੁਸੀਂ ਸੁੱਟਿਆ ਵਾ ਭਾਜੀ, ਪੱਕਾ ਕਿਸੇ ਨਾ ਕਿਸੇ ਨੇ ਛੇੜਖਾਨੀ ਕੀਤੀ ਹੈ ਇਹਦੀ। ਇਹ ਤਾਂ ਮੇਰੇ ਤੋਂ ਬਾਅਦ ਆਈਆਂ ਨੇ ਯਾਰ। ਨੇਹਾ, ਇੱਧਰੋਂ ਸਫਾਈ ਤਾਂ ਨਹੀਂ ਕੀਤੀ ਅੱਜ? ਤੇ ਸੈੱਟ ਬਾਹਰ ਕਿੱਦਾਂ ਆ ਗਿਆ ਫਿਰ? ਖੜ ਜਾ, ਮੈਂ ਕੈਮਰੇ ਚੈੱਕ ਕਰ। ਜਿਹੜੀਆਂ ਗੱਲਾਂ ਦਾ ਡਰ ਆ ਨਾ, ਫਿਰ ਉਹੀ ਚੀਜ਼ਾਂ ਹੋਣ ਲੱਗ ਗਈਆਂ। ਹਾਂ ਸੱਚ ਭਾਜੀ, ਮੈਂ ਕੈਮਰੇ ਕਿਹਨੇ ਬੰਦ ਕੀਤੇ ਆ? ਕੈਮਰੇ ਬੰਦ? ਬਾਲਾ ਭੋਲਾ ਨਾ ਬਣ ਵੀਰੇ, ਮੈਂ ਤਾਂ ਬਾਹਰੋਂ ਆਇਆ, ਮੈਨੂੰ ਕੀ ਪਤਾ ਹੋਊਗਾ। ਕੈਮਰੇ ਮੈਨੂੰ ਲੱਗਦਾ ਰਾਤ ਦੇ ਬੰਦ ਆ, ਸੋਚ ਕਿਹਨੇ ਬੰਦ ਕੀਤਾ ਉਹ ਵਾਲਾ? ਪਤਾ ਨਹੀਂ ਭਾਜੀ। ਜਿਹੜੀਆਂ ਹਰਕਤਾਂ ਤੋਂ ਮੈਨੂੰ ਡਰ ਲੱਗਦਾ ਸੀ ਨਾ, ਫਿਰ ਸ਼ੁਰੂ ਹੋ ਗਈਆਂ ਦੁਕਾਨ 'ਤੇ। ਭਾਜੀ ਤੁਸੀਂ ਮੇਰੀ ਗੱਲ ਮੰਨਦੇ ਕਿੱਥੋਂ? ਨਾਲੇ ਸੱਚ ਮੈਨੂੰ ਯਾਦ ਆਇਆ, ਕੱਲ੍ਹ ਲਾਡੀ ਦੇਖਦਾ ਪਿਆ ਸੀ ਸੈੱਟ ਇਹ। ਹਾਂ ਬਸ ਹੁਣ ਲਾਡੀ ਦਾ ਨਾਮ ਲਾ ਦੇ। ਉਹ ਭਾਜੀ ਪੁੱਛਦਾ ਪਿਆ ਸੀ ਉਹ ਕਿ ਮਹਿੰਗੀ ਜਵੈਲਰੀ ਕਿੱਥੇ ਪਈ ਆ। ਮੇਰੇ 'ਤੇ ਯਕੀਨ ਨਹੀਂ ਨਾ ਤੁਹਾਨੂੰ। ਨੇਹਾ ਇੱਧਰ ਆ, ਨੇਹਾ ਨੇ ਸਪੈਸ਼ਲ ਡੱਬੇ ਦੱਸੇ ਸੀ। ਉਹਦਾ ਕੀ ਮਤਲਬ ਹੈ ਇੱਦਾਂ ਪੁੱਛਣ ਦਾ? ਤਿੰਨ ਸੈੱਟ ਲਿਆਂਦੇ ਸੀ ਇਹਦੇ ਨਾਲ ਦੇ ਮੈਂ। ਅਤੇ ਕੋਈ ਵੇਚਿਆ ਤਾਂ ਨਹੀਂ ਉਹਦੇ? ਨਹੀਂ ਵੀਰੇ, ਵੇਚਿਆ ਨਹੀਂ। ਇੱਕ ਆਹ ਵਾ, ਇੱਕ ਆਹ ਵਾ, ਅਤੇ ਭਾਜੀ ਇਹ ਤਾਂ ਦੋ ਹੀ ਪਏ ਨੇ। ਤੀਜਾ ਸੈੱਟ ਕਿੱਥੇ ਆ? ਤੂੰ ਦੇਖਿਆ ਸੀ ਕੱਲ੍ਹ? ਹਾਂਜੀ, ਤਿੰਨ ਸੀਗੇ। ਨਹੀਂ, ਜਿਹੜਾ ਡਿਜ਼ਾਈਨ ਤੂੰ ਦਿਖਾ ਰਹੀ ਸੀ ਉਹ ਡਿਜ਼ਾਈਨ ਇਹਨਾਂ 'ਚ ਆ ਕੇ ਦੂਸਰਾ ਸੀ ਉਹੀ ਸੀਗਾ ਉਹ? ਭਾਜੀ ਮੈਂ ਤੁਹਾਨੂੰ ਕਹਿੰਦਾ ਸੀ, ਤੁਸੀਂ ਮੇਰੀ ਗੱਲ ਮੰਨਦੇ ਨਹੀਂ।
ਹੋ ਨਾ ਹੋ ਪੱਕਾ ਇਹ ਲਾਡੀ ਦੇ ਕੰਮ ਹੀ ਹੈ ਇਹ। ਹੋਰ ਕਰ ਲਓ ਯਕੀਨ ਭਾਜੀ। ਕੋਈ ਫਾਇਦਾ ਨਹੀਂ ਭਾਜੀ, ਫੋਨ ਨਹੀਂ ਚੱਕਣਾ ਉਹਨੇ। ਮੇਰਾ ਫੋਨ ਕਿਉਂ ਕੱਟ ਰਿਹਾ ਉਹ? ਸਤਿ ਸ਼੍ਰੀ ਅਕਾਲ ਵੀਰੇ, ਆ ਗਏ ਤੁਸੀਂ? ਸਤਿ ਸ਼੍ਰੀ ਅਕਾਲ। ਮੈਂ ਤਾਂ ਆਉਣਾ ਹੀ ਸੀਗਾ, ਜਦ ਤੂੰ ਨਹੀਂ ਆਇਆ। ਕਿੱਥੇ ਸੀਗਾ ਤੂੰ? ਵੀਰੇ ਲੇਟ ਹੋ ਗਿਆ ਜੀ, ਸੌਰੀ। ਘਰ ਦਾ ਕੰਮ ਸੀਗਾ, ਉਹ ਕਰਦਾ ਪਿਆ ਸੀਗਾ। ਘਰ ਦਾ ਕੰਮ ਸੀ, ਘੱਟੋ ਘੱਟ ਫੋਨ ਤਾਂ ਚੱਕ ਲਾ। ਕਿੰਨੇ ਫੋਨ ਕੀਤੇ ਤੈਨੂੰ ਮੈਂ, ਉੱਤੋਂ ਤੂੰ ਮੇਰਾ ਫੋਨ ਕੱਟੀ ਜਾਂਦਾ। ਵੀਰੇ ਘਰ ਦੇ ਸਾਰੇ ਇਕੱਠੇ ਸੀਗੇ, ਸਮਝਿਆ ਕਰੋ ਵੀਰੇ, ਥੋੜ੍ਹਾ ਜਿਹਾ ਕੰਮ ਸੀਗਾ, ਜ਼ਰੂਰੀ ਸੀਗਾ ਜੀ। ਯਾਰ ਤੇਰੇ ਘਰ ਦੇ ਕੀ ਕਹਿੰਦੇ ਆ, ਫੋਨ ਨਹੀਂ ਚੱਕਣਾ ਜਿੱਥੇ ਕੰਮ ਕਰਦੇ ਆ? ਥੋੜ੍ਹੀ ਬਹੁਤੀ ਅਕਲ ਨਾਲ ਕੰਮ ਲਿਆ ਕਰ। ਸੌਰੀ ਵੀਰੇ। ਸੌਰੀ ਨਾਲ ਮੇਰਾ ਕੰਮ ਨਹੀਂ ਚੱਲਦਾ। ਮੈਨੂੰ ਇਹ ਦੱਸ, ਕੱਲ ਤੂੰ ਆ ਕੜੇ ਬਾਰੇ ਪਤਾ ਕਰ ਰਿਹਾ ਸੀ, ਸੈੱਟ ਬਾਰੇ। ਕਿੱਧਰ ਆ ਸੈੱਟ ਉਹ? ਕੀ ਹੋਇਆ ਵੀਰੇ? ਤਿੰਨ ਸੈੱਟ ਸੀਗੇ ਉਹਦੇ ਵਿੱਚ, ਤੇ ਤੂੰ ਕੱਲ ਨੇਹਾ ਤੇ ਬਾਵੇ ਤੋਂ ਪੁੱਛਦਾ ਪਿਆ ਸੀ ਸੈੱਟ ਬਾਰੇ, ਅੱਜ ਉਹ ਸੈੱਟ ਹੈ ਨਹੀਂ ਗਾ। ਕਿੱਥੇ ਗਿਆ ਵੀਰੇ? ਵਿਕ ਗਿਆ ਹੋਣਾ, ਇਹਨਾਂ ਨੇ ਵੇਚਤਾ ਹੋਣਾ ਆ। ਮੈਨੂੰ ਗੱਲਾਂ 'ਚ ਨਾ ਲਾ, ਮੈਨੂੰ ਤੇਰੇ 'ਤੇ ਉਦਣ ਦਾ ਹੀ ਸ਼ੱਕ ਸੀ ਜਦੋਂ ਤੂੰ ਇਹਦਾ ਪਰਸ ਕੱਢਿਆ ਸੀਗਾ। ਮੈਂ ਤੈਨੂੰ ਜਾਣ ਕੇ ਕੁਛ ਨਹੀਂ ਕਿਹਾ। ਨਹੀਂ ਨਹੀਂ ਵੀਰੇ, ਉਹ ਤਾਂ ਮੈਂ ਮਜ਼ਾਕ ਕਰਦਾ ਹੁੰਦਾ ਬਾਵੇ ਨਾਲ, ਇੱਦਾਂ ਦਾ ਕੁਛ ਨਹੀਂ ਹੈ ਵੀਰੇ, ਮੈਂ ਚੋਰੀ ਨਹੀਂ ਕਰਦਾ। ਨਾਲੇ ਕੈਮਰੇ ਕਿਵੇਂ ਬੰਦ ਹੋ ਗਏ? ਕੈਮਰੇ ਲੱਗੇ ਹੋਏ ਆਪਣੇ, ਅਤੇ ਚੱਲਦੇ ਕਿੱਥੋਂ ਵੀਰੇ? ਮੈਨੂੰ ਪਤਾ ਹੀ ਨਹੀਂ ਕਿੱਥੋਂ ਚੱਲਦੇ ਆ ਕੈਮਰੇ। ਮੇਰਾ ਦਿਮਾਗ ਨਾ ਘੁਮਾ ਲਾਡੀ, ਸੱਚ ਸੱਚ ਮੰਨ ਜਾ, ਉਹ ਸੈੱਟ ਕਿੱਥੇ ਆ ਮੈਨੂੰ ਸਹੀ ਸਹੀ ਦੱਸ ਦੇ। ਮੈਂ ਆਪਣੀ ਦੁਕਾਨ 'ਤੇ ਨਾ ਚੋਰੀ ਤੋਂ ਮਸਾਂ ਖਿਹੜਾ ਛੁਡਾਇਆ ਸੀਗਾ, ਫਿਰ ਉਹੀ ਚੋਰੀਆਂ ਹੋਣ ਲੱਗ ਗਈਆਂ। ਵੀਰੇ ਤੁਸੀਂ ਮੇਰੇ 'ਤੇ ਸ਼ੱਕ ਨਾ ਕਰੋ ਜੀ, ਮੈਂ ਬਿਲਕੁਲ ਇਮਾਨਦਾਰ ਹਾਂ। ਮੈਂ ਤੁਸੀਂ ਮੈਨੂੰ ਜੇ ਜ਼ਿੰਮੇਵਾਰੀ ਦਿੱਤੀ ਹੈ ਨਾ, ਅਤੇ ਮੈਂ ਇੱਦਾਂ ਦਾ ਕੰਮ ਬਿਲਕੁਲ ਨਹੀਂ ਕਰਦਾ ਪਿਆ। ਇਹਨਾਂ ਨੂੰ ਪੁੱਛੋ ਵੀਰੇ। ਹੋਰ ਕਿਹਨੇ ਕੀਤਾ ਦੱਸ ਯਾਰ? ਇੱਥੇ ਤੂੰ ਖੜਾ ਸੀ ਨਾ, ਤੇਰੇ 'ਤੇ ਜ਼ਿੰਮੇਵਾਰੀ ਲੱਗ ਗਿਆ ਸੀ ਨਾ ਮੈਂ। ਸਾਰੀ ਸ਼ੱਕ ਦੀ ਸੂਈ ਤੇਰੇ 'ਤੇ ਜਾ ਰਹੀ ਆ, ਨਾਲੇ ਤੂੰ ਲੇਟ ਆਇਆ, ਨਾਲੇ ਸੈੱਟ ਗੈਪ ਆ, ਨਾਲੇ ਕੈਮਰੇ ਬੰਦ ਆ, ਉਹ ਤਾਂ ਇੱਧਰ ਗਏ ਨਹੀਂ ਕੱਲ੍ਹ ਦੇ। ਨਾਲੇ ਸੈੱਟ ਬਾਰੇ ਕਿਉਂ ਪੁੱਛਿਆ ਸੀ ਮੈਨੂੰ, ਆਹ ਦੱਸ ਬਸ। ਵੀਰੇ ਮੈਂ ਜਾਣਕਾਰੀ ਲੈਂਦਾ ਪਿਆ ਸੀ ਆਪਣੇ ਦੁਕਾਨ ਦੇ ਸਮਾਨ ਬਾਰੇ, ਮੇਰਾ ਹੋਰ ਕੋਈ ਲੈਣਾ ਦੇਣਾ ਨਹੀਂ। ਜਿਹੜੀ ਜਾਣਕਾਰੀ ਲਈ ਆ ਉਹੀ ਸਮਾਨ ਗਾਇਬ ਹੋਇਆ, ਹੁਣ ਮੈਂ ਕੀ ਸਮਝਾਂ, ਮੈਨੂੰ ਆਹ ਦੱਸ ਦੇ। ਵੀਰੇ ਮੈਂ ਇੱਧਰ ਲੇਟ ਆਇਆ ਨਾ, ਇਹਨੇ ਕੰਨ ਭਰੇ ਹੋਣੇ ਆ ਤੁਹਾਡੇ। ਇਹ ਤਾਂ ਚਾਹੁੰਦਾ ਆ, ਇਹ ਤਾਂ ਉਸ ਦਿਨ ਵੀ ਕਹਿੰਦਾ ਪਿਆ ਸੀਗਾ ਕਿ ਮੈਂ ਤਾਂ ਜਾ ਰਿਹਾ, ਨਾਲ ਤੈਨੂੰ ਵੀ ਹਟਾ ਕੇ ਜਾਊਂਗਾ। ਯਾਰ ਮੈਂ ਤਾਂ ਆਇਆ ਹੀ ਲੇਟ, ਨਾਲੇ ਰਾਤ ਵੀ ਭਾਜੀ ਤੁਹਾਡੇ ਜਾਣ ਤੋਂ ਪਹਿਲੇ ਮੈਂ ਚਲੇ ਗਿਆ ਵਾਂ। ਨਾਲੇ ਕੈਮਰਿਆਂ ਦਾ ਸਿਰਫ ਤੈਨੂੰ ਹੀ ਪਤਾ ਸੀ ਜਾਂ ਉਹਨਾਂ ਨੂੰ ਪਤਾ ਸੀ? ਇਹਨੂੰ ਤਾਂ ਕੈਮਰਿਆਂ ਦਾ ਪਤਾ ਹੀ ਨਹੀਂ ਕਿੱਥੋਂ ਬੰਦ ਹੁੰਦੇ ਆ। ਤੇ ਨਾਲੇ ਵੀਰੇ ਮੈਨੂੰ ਪਤਾ ਹੀ ਨਹੀਂ ਕਿ ਕੈਮਰੇ ਲੱਗੇ ਹੋਏ ਆ ਕਿ ਨਹੀਂ ਲੱਗੇ ਹੋਏ, ਮੈਨੂੰ ਤਾਂ ਹੁਣ ਪਤਾ ਲੱਗਿਆ ਆ। ਮੈਨੂੰ ਕੁਛ ਨਹੀਂ ਪਤਾ, ਇਸ ਦੁਕਾਨ ਤੇ ਚੋਰੀ ਹੋਈ ਆ, ਮੈਨੂੰ ਸੈੱਟ ਚਾਹੀਦਾ। ਨੇਹਾ। ਹਾਂਜੀ ਵੀਰੇ। ਵੀਰੇ ਮੈਂ ਨਹੀਂ ਕੁਛ ਚੱਕਿਆ, ਮੈਂ ਨਹੀਂ ਕੋਈ ਚੋਰੀ ਕੀਤੀ ਹੈਗੀ। ਵੀਰੇ ਇਹ ਨਹੀਂ ਕੱਢਿਆ ਹੋਣਾ ਜੀ, ਕੱਲ ਡੱਬਾ ਇਹ ਨਹੀਂ ਸੈੱਟ ਕੀਤਾ ਸੀਗਾ, ਰੱਖਦੇ ਰੱਖਦੇ ਕੱਢ ਲਿਆ ਹੋਣਾ ਇਹਨੇ। ਨਹੀਂ ਵੀਰੇ, ਹਾਂ ਮੈਂ ਸੁਧਰ ਗਈ, ਹਾਂ ਮੈਂ ਕੁਛ ਕੀਤਾ ਹੈਗਾ।
ਮੈਂ ਤੈਨੂੰ ਕਦੋਂ ਕਿਹਾ ਤੂੰ ਕੁਛ ਕੀਤਾ? ਮੈਂ ਤਾਂ ਤੈਨੂੰ ਉਦਾਂ ਆਵਾਜ਼ ਮਾਰੀ ਆ। ਵੀਰੇ ਜੇ ਮੇਰੇ ਨਾਮ ਗਾਏਗਾ ਫਿਰ ਮੈਂ ਕੰਮ ਕੋ ਹਟ ਜਾਵਾਂਗਾ। ਨੇਹਾ ਮੈਂ ਤੇਰਾ ਨਾਮ ਨਹੀਂ ਲਾ ਰਿਹਾ, ਮੈਨੂੰ ਹੋਰ ਨਾ ਕਲਪਾਓ। ਮੈਂ ਸਿਰਫ ਤੈਨੂੰ ਤਾਂ ਆਵਾਜ਼ ਮਾਰੀ, ਮੈਨੂੰ ਪਾਣੀ ਤਾਂ ਪਿਲਾ ਦਿਓ। ਠੀਕ ਹੈ ਵੀਰੇ। ਲਾਡੀ ਚੁੱਪ ਕਰਕੇ ਨਾ, ਜ਼ਿਆਦਾ ਪੈਸੇ ਦੇ ਦੇ ਜਾਂ ਸੈੱਟ ਦੇ ਦੇ। ਜੇ ਮੈਨੂੰ ਭੋਲਾ ਨਾ ਬਣ, ਕੱਲ ਤੁਸੀਂ ਦੇਖਿਆ ਸੀ ਸੈੱਟ, ਤੁਸੀਂ ਪੁੱਛਿਆ ਸੀ ਨੇਹਾ ਤੋਂ। ਲਾਡੀ ਵੀਰੇ ਇਹ ਤਾਂ ਚਾਹੁੰਦਾ ਆ ਕਿ ਮੈਂ ਇੱਥੋਂ ਚੱਲ ਜਾਵਾਂ। ਵੀਰੇ ਮੈਂ ਇੱਦਾਂ ਦਾ ਕੁਛ ਨਹੀਂ ਕੀਤਾ ਜੀ, ਮੈਂ ਤੁਹਾਨੂੰ ਕਹਿ ਰਿਹਾ ਆ। ਉਹ ਵਿਚਾਰੀ ਦੀ ਤਾਂ ਗਲਤੀ ਵੀ ਨਹੀਂ ਜਿਹਨੂੰ ਤੂੰ ਵਸਾਉਣ ਲੱਗਾ ਹੋਇਆ ਨੇਹਾ ਨੂੰ। ਨਾਲੇ ਵੀਰੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਕੋਈ ਨਾ ਕੋਈ ਕਸੂੜੀ ਇਹ ਪਾਊਗਾ, ਪੰਗਾ ਪਾਊਗਾ, ਪਰ ਤੁਸੀਂ ਨਹੀਂ, ਤੁਹਾਡੀਆਂ ਅੱਖਾਂ 'ਚ ਤਾਂ ਪੱਟੀ ਬੰਨੀ ਹੋਈ ਹੈ। ਤੁਹਾਨੂੰ ਤਾਂ ਇਹ ਲੱਗਦਾ ਕਿ ਹੁਣ ਬਾਬਾ ਸੱਚੀ ਪਰਾਇਆ ਲੱਗਣ ਲੱਗ ਗਿਆ। ਜ਼ਿਆਦਾ ਸਿਆਣਾ ਨਾ ਬਣ, ਤੇਰੇ ਕਰਕੇ ਰੋਲਾ ਪਿਆ ਸਾਰਾ ਇਹ। ਨਾ ਤੂੰ ਹਟਣ ਦੀ ਗੱਲ ਕਰਦਾ, ਨਾ ਮੈਨੂੰ ਰੱਖਦਾ, ਨਾ ਇਹ ਕੰਮ ਹੁੰਦਾ। ਭਾਜੀ ਆਹ ਵਧੀਆ ਵਾ, ਚੋਰੀ ਉਹਨੇ ਕੀਤੀ ਆ, ਵੇਚਿਆ ਸੈੱਟ ਉਹਨੇ। ਯਾਰ ਤੂੰ ਕੀ ਲੈਣਾ, ਤੂੰ ਤਾਂ ਜਾਣਾ ਹੈ ਨਾ, ਜਾ ਆਪਣਾ ਕੰਮ ਕਰ ਯਾਰ, ਆਪਣਾ 25,000 ਲੈ। ਕੋਈ ਨੀ, ਮੇਰੀ ਦੁਕਾਨ ਤੇ ਚੋਰੀ ਹੋਈ, ਮੈਂ ਆਪੇ ਫੜ ਲੂੰਗਾ ਚੋਰ। ਜੇ ਮੈਨੂੰ ਪਤਾ ਲੱਗ ਗਿਆ ਨਾ ਚੋਰੀ ਤੂੰ ਕੀਤੀ ਆ, ਤੇਰਾ ਮੈਂ ਇਹੋ ਜਿਹਾ ਬੁਰਾ ਹਾਲ ਕਰੂੰਗਾ, ਸਾਰੀ ਉਮਰ ਯਾਦ ਰੱਖੇਗਾ ਤੂੰ। ਲਾਡੀ ਯਾਦ ਰੱਖੀ, ਚਾਹੇ ਮੈਂ 3 ਦਿਨਾਂ ਬਾਅਦ ਇੱਥੋਂ ਚੱਲ ਜਾਣਾ, ਛੱਡਣਾ ਤੈਨੂੰ ਵੀ ਨਹੀਂ ਮੈਂ, ਕਿਉਂਕਿ ਚੋਰੀ ਤੂੰ ਹੀ ਕੀਤੀ ਆ। ਦੇਖ ਲਾਂਗੇ, ਪਤਾ ਲੱਗ ਜੂਗਾ ਕਿਹਨੇ ਚੋਰੀ ਕੀਤੀ ਆ, ਕਿਹਨੇ ਨਹੀਂ ਕੀਤੀ। ਕੰਮ ਕਰੋ ਯਾਰ ਆਪਣਾ। ਜ਼ਿਆਦਾ ਨਾ ਬੋਲ, ਮੈਨੂੰ ਤਾਂ ਸ਼ੱਕ ਤੇਰੇ ਜਾ ਰਿਹਾ, ਕਿਉਂਕਿ ਲਾਡੀ ਵੀਰਾ ਤਾਂ ਹਜੇ ਹੁਣੀ ਆਇਆ ਵਾ, ਤੇ ਨਾਲੇ ਬਾਬਾ ਵੀਰਾ ਚੋਰੀ ਕਰ ਨਹੀਂ ਸਕਦਾ ਕਿਉਂਕਿ ਬਾਈ ਵੀਰ ਨੇ ਤਾਂ ਚੱਲ ਜਾਣਾ। ਸ਼ੱਕ ਤਾਂ ਤੇਰੇ ਤੇ ਹੀ ਆ, ਕਿਉਂਕਿ ਜਿਹੜਾ ਇੱਕ ਵਾਰ ਚੋਰੀ ਕਰਨਾ ਗਿੱਝ ਜੇ ਨਾ, ਉਹ ਕਦੇ ਬਾਜ ਨਹੀਂ ਆਉਂਦਾ। ਮੈਂ ਕਿਹਾ ਚੋਰੀ ਕਰੂੰਗੀ, ਮੈਂ ਸਕੂਲ ਤੇ ਚੱਲ ਕੇ ਚਪੇੜਾ ਵੀ ਮਾਰ ਦੂੰਗੀ ਜਾਗਾ ਬੁੰਗੀ ਤਾਂ। ਮੈਨੂੰ ਤਾਂ ਸਟੂਲ ਤੇ ਚੜਨ ਦੀ ਵੀ ਨਹੀਂ ਲੋੜ ਹੈਗੀ, ਏਦੀ ਚਪੇੜ ਮਾਰ ਦੂੰ ਮੈਂ ਤੇਰੇ, ਮੇਰੇ ਕੋ ਕੀ ਕਰਨ ਆਈ ਆ। ਉਹ ਤਾਂ ਠੀਕ ਹੈ, ਮੈਂ ਸੋਚਦੀ ਸੀ ਪਰ ਸੈੱਟ ਕਿੱਥੇ ਗਿਆ? ਇਹੀ ਤਾਂ ਮੈਨੂੰ ਨਹੀਂ ਪਤਾ ਕਿੱਥੇ ਗਿਆ, ਤੂੰ ਨਾ ਆਪਣਾ ਕੰਮ ਕਰ ਲਾ। ਚਪੇੜ ਨਾ ਹੋ ਗਈ ਮਗਰ ਕਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਕੌਣ? ਲੱਗਦਾ ਤੁਸੀਂ ਮੈਨੂੰ ਪਹਿਚਾਨਿਆ ਨਹੀਂ। ਨਹੀਂ ਮੈਂ ਨਹੀਂ ਪਹਿਚਾਨਿਆ। ਕੱਲ ਤੁਸੀਂ ਹੈਪੀ ਸਟੋਰ ਤੇ ਆਏ ਸੀਗੇ ਤੇ ਮੈਂ ਤੁਹਾਨੂੰ 50 ਰੁਪਏ ਦਾ ਡਿਸਕਾਊਂਟ ਦਿੱਤਾ ਸੀਗਾ। ਕਿਸ ਚੀਜ਼ ਦਾ ਡਿਸਕਾਊਂਟ? ਤੁਸੀਂ ਭੁੱਲ ਗਏ ਹੋ, ਹੈਪੀ ਸਟੋਰ ਨੂੰ ਨਹੀਂ ਜਾਣਦੇ ਤੁਸੀਂ? ਹਾਂਜੀ ਹਾਂਜੀ ਜਾਣਦੀ ਆ, ਮੈਂ ਮੇਬਲਿਨ ਦੀ ਕੰਸੀਲਰ ਲੈਣ ਗਈ ਸੀ। ਹਾਂਜੀ 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 ਹਾਂਜੀ, ਦੱਸੋ। ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਆਪਾਂ ਬੈਠ ਕੇ ਗੱਲ ਕਰੀਏ? ਨਹੀਂ ਤੁਸੀਂ ਇੱਦਾਂ, ਤੁਸੀਂ ਮੇਰੇ ਘਰ ਤੱਕ ਕਿੱਦਾਂ ਪਹੁੰਚੇ? ਤੁਹਾਡਾ ਘਰ ਤਾਂ ਉਹ ਚਲੋ ਬਾਅਦ ਦੀ ਗੱਲ ਆ, ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨੇਹਾ ਬਾਰੇ।
ਤੇ ਹੈਪੀ ਸਟੋਰ ਬਾਰੇ। ਨੇਹਾ ਬਾਰੇ ਤੁਸੀਂ ਇੱਥੇ ਹੀ ਦੱਸੋ, ਹੁਣੇ ਦੱਸੋ ਮੈਨੂੰ ਕੀ ਹੋਇਆ। ਨੇਹਾ ਤੇ ਹੈਪੀ ਸਟੋਰ ਦੀ ਗੱਲ ਲੱਗਦਾ ਕਿਸੇ ਨੂੰ ਪਤਾ ਨਹੀਂ ਸੀਗੀ। ਤੁਸੀਂ ਚਾਹੁੰਦੇ ਹੋ ਜੇ ਮੈਂ ਰੌਲਾ ਪਾ ਦਵਾਂ, ਠੀਕ ਹੈ ਜੀ ਮੈਂ ਚਲੇ ਜਾਂਦਾ, ਮੈਂ ਰੌਲਾ ਪਾ ਦਿੰਦਾ, ਤੁਹਾਡੇ ਹਸਬੈਂਡ ਨੂੰ ਵੀ ਦੱਸ ਦਿੰਦਾ। ਨਹੀਂ ਨਹੀਂ ਆ ਜਾਓ, ਕੋਈ ਗੱਲ ਨਹੀਂ। ਹਾਂਜੀ ਆਹ ਗੱਲ ਤੁਸੀਂ ਕੀਤੀ ਨਾ ਵਧੀਆ। ਆ ਜਾਓ ਆ ਜਾਓ ਆ ਜਾਓ, ਬਾਹਰ ਗਰਮੀ ਬਹੁਤ ਸੀਗੀ, ਮੈਂ ਇਹੀ ਚਾਹੁੰਦਾ ਸੀ ਆਪਾਂ ਬੈਠ ਕੇ ਗੱਲਾਂ ਕਰਦੇ ਹਾਂ। ਹਾਂਜੀ ਕੋਈ ਨਹੀਂ ਬੈਠੋ, ਪਲੀਜ਼ ਬੈਠੋ। ਹਾਂਜੀ ਤੁਸੀਂ ਤੁਸੀਂ ਮੇਰੇ ਘਰ ਤੱਕ ਵੈਸੇ ਪਹੁੰਚੇ ਕਿੱਦਾਂ, ਤੁਹਾਨੂੰ ਕਿੱਦਾਂ ਪਤਾ, ਕਿੱਦਾਂ ਚੱਲਿਆ ਮੇਰਾ ਘਰ? ਤੁਹਾਡਾ ਘਰ ਮੈਂ ਕੱਲ੍ਹ ਸ਼ਾਮ ਦਾ ਲੱਭਦਾ ਪਿਆ ਆ, ਅਤੇ ਅੱਜ ਵੀ ਸਵੇਰ ਦੇ ਮੈਨੂੰ 2 ਘੰਟੇ ਹੋ ਗਏ ਤੁਹਾਡਾ ਘਰ ਲੱਭਦੇ ਹਨ। ਮੈਨੂੰ ਤਾਂ ਹੁਣ ਪਤਾ ਲੱਗਿਆ ਪਾਰਲਰ ਵਾਲੀ ਦਾ ਘਰ ਤਾਂ ਇੱਧਰ ਹੈ, ਤੁਸੀਂ ਤਾਂ ਬਿਲਕੁਲ ਨਾਲ ਰਹਿੰਦੇ ਹੋ, ਮੈਂ ਹੋਰ ਹੀ ਕਿਤੇ ਲੱਭੀ ਜਾਂਦਾ ਸੀ ਤੁਹਾਨੂੰ। ਦੱਸੋ ਫਿਰ ਹੁਣ ਕੀ ਕੰਮ ਹੈ ਤੁਹਾਨੂੰ? ਕੰਮ ਇਹ ਆ ਕਿ ਜੋ ਤੁਸੀਂ ਨੇਹਾ ਦੇ ਨਾਲ ਕਰਦੇ ਹੁੰਦੇ ਸੀਗੇ ਉਹੀ ਸੇਮ ਚੀਜ਼ ਆਪਾਂ ਕਰਦੇ ਹਾਂ। ਸਮਾਨ ਤੁਹਾਨੂੰ ਅੱਧੇ ਰੇਟ 'ਤੇ ਮੈਂ ਦੇ ਦਿਆ ਕਰੂੰਗਾ। ਸਮਝੀ ਨਹੀਂ ਮੈਂ ਤੁਹਾਡਾ ਮਤਲਬ। ਦੇਖੋ ਇੰਨੇ ਸਮਝਦਾਰ ਤਾਂ ਤੁਸੀਂ ਹੈਗੇ ਹੋ, ਇਹ ਮੈਨੂੰ ਵੀ ਪਤਾ ਆ। ਸਮਾਨ ਲੈਣ ਤਾਂ ਤੁਸੀਂ ਕੱਲ੍ਹ ਆਏ ਨਹੀਂ ਸੀ, ਇਹ ਮੈਨੂੰ ਵੀ ਪਤਾ ਆ। ਤੁਹਾਨੂੰ ਇਹ ਸਾਰੀਆਂ ਗੱਲਾਂ ਕਿਹਨੇ ਦੱਸੀਆਂ? ਤੁਸੀਂ ਉਹ ਛੱਡੋ ਮੈਨੂੰ ਕਿਹਨੇ ਦੱਸੀਆਂ ਆ, ਤੁਸੀਂ ਆਹ ਦੇਖੋ ਕਿ ਅੱਗੇ ਆਪਣਾ ਫਾਇਦਾ ਕੀ ਹੈ ਇਸ ਗੱਲ 'ਚ। ਜਿਹੜੀ ਤੁਹਾਡੀ ਬੇਇੱਜ਼ਤੀ ਕੀਤੀ ਆ ਵੀਰੇ ਨੇ ਮੈਨੂੰ ਪਤਾ ਆ, ਮੈਨੂੰ ਆਹ ਵੀ ਪਤਾ ਆ ਤੁਸੀਂ ਬਦਲਾ ਲੈਣਾ ਚਾਹੁੰਦੇ ਹੋ, ਅਤੇ ਮੈਨੂੰ ਆਹ ਵੀ ਪਤਾ ਆ ਕਿ ਤੁਸੀਂ ਕੱਲ੍ਹ ਸਮਾਨ ਲੈਣ ਨਹੀਂ ਆਏ ਸੀ ਦੁਕਾਨ 'ਤੇ। ਇਹੋ ਜਿਹਾ ਤਾਂ ਕੁਛ ਨਹੀਂ, ਮੈਨੂੰ ਸਮਾਨ ਚਾਹੀਦਾ ਸੀ, ਮੈਂ ਸਮਾਨ ਲੈਣਾਗੀ। ਸਮਾਨ ਤਾਂ ਜੀ ਹੋਰ ਕਿਤੋਂ ਵੀ ਮਿਲ ਜਾਂਦਾ ਆ, ਇੰਨਾ ਭੋਲਾ ਤਾਂ ਮੈਂ ਵੀ ਨਹੀਂ ਹੈਗਾ। ਤੁਹਾਡੀ ਸ਼ੋਪ 'ਤੇ ਵਧੀਆ ਸਮਾਨ ਹੁੰਦਾ, ਅੱਛੀ ਕੁਆਲਿਟੀ ਹੁੰਦੀ ਹੈ, ਤਾਂ ਹੀ ਮੈਂ ਲੈਣ ਆਈ ਸੀ। ਦੇਖੋ ਜੀ ਕੋਈ ਬੰਦਾ ਕਿਸੇ ਜਗ੍ਹਾ ਤੋਂ ਜਲੀਲ ਹੋਇਆ ਹੋਵੇ ਨਾ, ਉਹ ਬੰਦਾ ਉਸ ਗਲੀ 'ਚ ਪੈਰ ਵੀ ਨਹੀਂ ਧਰਦਾ, ਅਤੇ ਤੁਸੀਂ ਤਾਂ ਸਿੱਧਾ ਸ਼ੋਪ ਦੇ ਅੰਦਰ ਆ ਗਏ ਸਮਾਨ ਲੈਣ ਲਈ। ਤੁਸੀਂ ਮੈਨੂੰ ਇਹ ਗੱਲਾਂ ਕਿੱਦਾਂ ਕਹਿ ਸਕਦੇ ਹੋ?